Z5 ਐਪ ਡਾਊਨਲੋਡ ਕਰੋ ਤੇ ਦੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਆਏ ਨੰਨਿਆ। ਹਾਏ ਮਾਨਵ, ਆ ਗਏ ਤੁਸੀਂ। ਕੰਗ੍ਰੈਚੁਲੇਸ਼ਨਸ ਮਾਨਵ। ਕੀ ਹੋਇਆ ਮਾਨਵ? ਬਸ ਕਰੋ, ਹੁਣ ਡਰਾਮੇ ਨਾ ਕਰੋ, ਠੀਕ ਹੈ ਨਾ? ਐਕਟਿੰਗ ਨਹੀਂ ਕਰਨੀ ਆਉਂਦੀ ਤੁਹਾਨੂੰ। ਤੁਸੀਂ ਫੋਨ ਤੇ ਦੱਸਿਆ ਸੀਗਾ ਨਾ ਕਿ ਤੁਹਾਨੂੰ ਜੌਬ ਮਿਲ ਗਈ। ਮਾਨਵ, ਮੈਂ ਬਹੁਤ ਖੁਸ਼ ਹਾਂ। ਮੈਂ ਤਾਂ ਰੀਤ ਭਾਬੀ ਨੂੰ ਵੀ ਦੱਸ ਦਿੱਤਾ। ਕੰਗ੍ਰੈਚੁਲੇਸ਼ਨਸ ਮਾਨਵ। ਤੁਸੀਂ ਮੂੰਹ ਮਿੱਠਾ ਕਰੋ। ਹੈਲੋ, ਮੂੰਹ ਮਿੱਠਾ ਕਰੋ। ਰੁਕ ਜਾ ਨੰਨਿਆ, ਨਹੀਂ ਖਾਣੀ ਮੈਂ ਮਿਠਾਈ। ਮਾਨਵ, ਇਹ ਕੀ ਕਰ ਰਿਹਾ ਸੀ ਤੂੰ? ਠੀਕ ਹੈ? ਹੋਰ ਮੈਂ ਕੀ ਕਰਾਂ ਰੀਤ ਭਾਬੀ, ਇਹ ਮੈਂ ਚੋਰ ਹੈ, ਸਿਆਣੀ ਹੈ, ਤੇ ਫਿਰ ਕਦੇ ਬੱਚਿਆਂ ਵਰਗੀ ਹਰਕਤਾਂ ਕਿਉਂ ਕਰਦੀ ਹੈ? ਬੱਚਿਆਂ ਵਾਂਗੂ? ਮਾਨਵ, ਪਿਆਰ ਕਹਿੰਦੇ ਇਹਨੂੰ। ਤੈਨੂੰ ਨੌਕਰੀ ਮਿਲੀ, ਉਹਦੀ ਖੁਸ਼ੀ ਹੈ ਉਹਨੂੰ। ਕਾਹਦੀ ਨੌਕਰੀ ਰੀਤ ਭਾਬੀ? ਉਹੀ ਤਾਂ ਮੈਂ ਇਹਨੂੰ ਕਦੋਂ ਦਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਨੌਕਰੀ ਮਿਲੀ ਸੀ ਪਰ ਹੁਣ ਹੱਥ ਵਿੱਚ ਨਹੀਂ ਹੈ। ਹੱਥ ਵਿੱਚ ਨਹੀਂ ਹੈ ਕੀ ਮਤਲਬ? ਮੈਂ ਇੰਟਰਵਿਊ ਦੇਣ ਗਿਆ ਸੀ, ਇੰਟਰਵਿਊ ਬਹੁਤ ਵਧੀਆ ਹੋ ਗਿਆ ਸੀ ਤੇ ਗੱਲ ਸੈਲਰੀ ਤੱਕ ਵੀ ਪਹੁੰਚ ਗਈ ਸੀ, ਪਰ ਹਜੇ ਸੈਲਰੀ ਦਾ ਡਿਸਕਸ ਹੀ ਕਰਨਾ ਸੀ ਕਿ ਉਹਨਾਂ ਨੂੰ ਵਿੱਚ ਕੁਝ ਫੋਨ ਆ ਗਿਆ ਤੇ ਉਹ ਬਾਹਰ ਫੋਨ ਤੇ ਗੱਲ ਕਰਨ ਚਲੇ ਗਏ ਤੇ ਇੰਨੇ ਵਿੱਚ ਹੀ ਮੈਂ ਇਸਨੂੰ ਫੋਨ ਕਰਕੇ ਦੱਸ ਬੈਠਾ ਕਿ ਮੇਰੀ ਨੌਕਰੀ ਲੱਗ ਗਈ ਹੈ। ਤੇ ਜਦੋਂ ਕੈਬਿਨ ਵਿੱਚ ਵਾਪਸ ਆਏ ਤੇ ਆ ਕੇ ਉਹਨਾਂ ਨੇ ਮੈਨੂੰ ਕਿਹਾ, ਸੌਰੀ, ਇਹ ਵੈਕੈਂਸੀ ਫੁੱਲ ਹੋ ਗਈ ਹੈ ਤੇ ਨੌਕਰੀ ਤੁਹਾਨੂੰ ਨਹੀਂ ਮਿਲ ਸਕਦੀ। ਤੂੰ ਦੇਖਿਆ ਸੀ ਉਹ ਕਿਹਦੇ ਨਾਲ ਮਿਲੇ ਸੀ? ਪੱਕਾ ਨਹੀਂ ਪਤਾ, ਪਰ ਜਦੋਂ ਤੱਕ ਮੈਂ ਬਾਹਰ ਆਇਆ ਉਹ ਉੱਥੋਂ ਚਲੀ ਗਈ ਸੀ। ਸ਼ਾਇਦ ਕੋਈ ਲੇਡੀ ਸੀ। ਲੇਡੀ ਸੀ? ਕਿਤੇ ਸ਼ਨੈਨ ਆਇਆ ਸੀ? ਕਿਤੇ ਕੋਈ ਦੁਬਾਰਾ ਖੇਡਦਾ ਨਹੀਂ ਚੱਲਿਆ ਉਹਨੇ? ਹੋ ਵੀ ਸਕਦਾ ਰੀਤ ਭਾਬੀ, ਹੋ ਵੀ ਤਾਂ, ਪਰ ਪਤਾ ਕਿੱਦਾਂ ਲੱਗਿਆ ਉਹਨੂੰ? ਨਾਲੇ ਤੇਰੀ ਨੌਕਰੀ ਬਾਰੇ ਕਿੱਦਾਂ ਪਤਾ ਲੱਗ ਸਕਦਾ ਉਹਨੂੰ? ਰੀਤ ਭਾਬੀ, ਮੈਨੂੰ ਲੱਗਦਾ ਮੇਰੇ ਤੋਂ ਹੀ ਗਲਤੀ ਹੋਈ ਆ। ਜਦੋਂ ਮੈਂ ਮਾਨਵ ਨਾਲ ਫੋਨ ਤੇ ਗੱਲ ਕਰ ਰਹੀ ਸੀ ਨਾ, ਤਦੋਂ ਪਲਕ ਮੇਰੇ ਕੋਲ ਸੀਗੀ ਤੇ ਇੱਕਦਮ ਉਹ ਇਰੀਟੇਟ ਹੋ ਕੇ ਰੂਮ ਚੋਂ ਬਾਹਰ ਚਲੀ ਗਈ। ਸ਼ਾਇਦ ਉਹਨੇ ਜਾ ਕੇ ਸ਼ਾਇਦ ਨੂੰ ਦੱਸਿਆ ਹੋਵੇ। ਚੱਲ ਕੋਈ ਗੱਲ ਨਹੀਂ, ਵੈਸੇ ਵੀ ਕੋਈ ਆਖਰੀ ਨੌਕਰੀ ਤਾਂ ਨਹੀਂ ਸੀ, ਹੋਰ ਵੀ ਬਥੇਰੀ ਨੌਕਰੀ ਪਏ ਨੇ ਹਜੇ। ਪਰ ਮਾਨਵ, ਹੁਣ ਤੂੰ ਧਿਆਨ ਨਾਲ ਇੱਕ ਗੱਲ ਸਮਝ ਲੈ, ਨੌਕਰੀ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ ਕਿਸੇ ਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਹੈ। ਅਨੰਨਿਆ ਨੂੰ ਵੀ ਨਾ ਦੱਸੀ, ਜਦੋਂ ਤੱਕ ਤੈਨੂੰ ਚੀਜ਼ ਮਿਲ ਨਹੀਂ ਜਾਂਦੀ ਗੱਲ ਆਪਣੇ ਤੱਕ ਹੀ ਰੱਖੀ। ਹਾਂਜੀ ਰੀਤ ਭਾਬੀ। ਹਾਂਜੀ, ਉਹ ਇੰਦਰ ਫੁੱਫੜ ਨੂੰ ਤਾਂ ਲੱਭਣਾ ਹੀ ਪੈਣਾ। ਹਾਂਜੀ ਮੰਮੀ ਜੀ, ਇੰਦਰ ਫੁੱਫੜ ਨੂੰ ਲੱਭਣਾ ਹੀ ਪੈਣਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।